ਦੇਖੋ ਕੇਂਦਰ ਸਰਕਾਰ ਦੇ ਨਾਲ ਖੇਤੀਬਾੜੀ ਮੰਤਰੀ ਤੋਮਰ ਸੀਗਾ ਉਹਦੇ 'ਚ, ਰੇਲਵੇ ਮੰਤਰੀ ਸੀ, ਰਾਜ ਮੰਤਰੀ ਪੰਜਾਬ ਵਾਲੇ ਉਹ ਸੀਗੇ। ਇਹ ਮੰਤਰੀਆਂ ਨਾਲ ਤਿੰਨਾਂ ਨਾਲ ਬੈਠੇ ਸੀ ਸਾਰੀਆਂ ਜਥੇਬੰਦੀਆਂ। ਗੱਲਬਾਤ 3-2.5 ਘੰਟੇ ਚੱਲੀ, ਪਰ ਗੱਲਬਾਤ ਜਿੱਥੇ ਚੱਲੀ ਸੀ ਉੱਥੇ ਹੀ ਖੜੀ ਹੈ, ਅੱਗੇ ਗੱਲਬਾਤ ਨਹੀਂ ਵੱਧ ਰਹੀ, ਸਿਰਫ ਚਰਚਾ 'ਤੇ ਖੜੇ ਅਜੇ ਤੱਕ ਉਹ। ਇਹਨੂੰ ਫਾਈਨਲ ਡਿਸੀਜਨ ਤੱਕ ਕੀ ਹੈ, ਕਾਨੂੰਨ ਵਾਪਸ ਕਿਉਂ ਨਹੀਂ ਹੋ ਰਹੇ ਜਾਂ ਕਿੰਨੇ ਕਰ ਰਹੇ ਹਾਂ, ਕੀ ਗੜਬੜ ਹੈ, ਕਿੱਥੇ ਡਿੱਗਾ ਹੈ, ਇਹ ਸਰਕਾਰ ਬਿਲਕੁਲ ਦੱਸਣ ਵਾਸਤੇ ਤਿਆਰ ਨਹੀਂ। ਅਸੀਂ ਇਹ ਸਮਝਦੇ ਹਾਂ ਵੀ ਸਰਕਾਰ ਦੀ ਇਹ ਬਦਨੀਤੀ ਹੈ, ਉਹ ਟਾਲਮਟੋਲ ਕਰਨਾ ਚਾਹੁੰਦੀ ਹੈ ਇਹਨਾਂ ਗੱਲਾਂ ਤੋਂ। ਅਤੇ ਉਹ ਇੱਕ ਕਮੇਟੀ ਬਣਾ ਦਿਓ, ਦੂਜੀ ਅਸੀਂ ਕਮੇਟੀ ਬਣਾ ਦਿੰਦੇ ਹਾਂ, ਇੱਕ ਦੋ ਕਮੇਟੀਆਂ ਚਰਚਾ ਕਰ ਲੈਣਗੀਆਂ, ਚਰਚਾ ਕਰਕੇ ਕੋਈ ਫੈਸਲਾ ਕਰ ਲੈਣਗੀਆਂ, ਯਾਨੀ ਵਿੱਚ ਵਿਚਾਲੇ ਰਾਹ ਕੱਢ ਕੇ ਘੱਟ ਤੋਂ ਘੱਟ ਦੇ ਕੇ ਕਿਸਾਨਾਂ ਨੂੰ ਇੱਥੋਂ ਭੇਜ ਦੇਣ ਦਾ ਇੱਕ ਉਹ ਤਰੀਕਾਕਾਰ ਲੱਭ ਰਹੀਆਂ ਨੇ ਸਰਕਾਰਾਂ, ਜਿਹੜਾ ਕਿ ਨਿੰਦਣਯੋਗ ਹੈ। ਮੀਟਿੰਗ ਦੇ ਵਿੱਚ ਕੋਈ ਬਹੁਤ ਹੀ ਕੱਢਣ ਪਾਉਣ ਵਾਲੀ ਗੱਲ ਹੈ। ਆਉਣ ਵਾਲੀ 3 ਤਰੀਕ ਦੀ ਜੋ ਕੱਲ੍ਹ ਨੂੰ ਮੀਟਿੰਗ ਹੈ ਜੀ, ਉਸ ਦੇ ਬਾਰੇ ਕੀ ਕਹੋਗੇ? ਸਾਡਾ ਅਸੈਸਮੈਂਟ ਹੈ ਵੀ ਜਿਹੜੀ ਕੱਲ੍ਹ 3 ਤਰੀਕ ਮੀਟਿੰਗ ਹੋਣੀ ਹੈ ਉਹ ਵੀ ਚਰਚਾ ਵਾਲੀ ਹੋਣੀ ਹੈ, ਇੱਧਰੋਂ ਚਰਚਾ ਕਰ ਲਓ ਜੀ, ਉੱਧਰੋਂ ਚਰਚਾ ਕਰ ਲਓ ਜੀ। ਜਿਹੜੀ ਚਰਚਾ ਹੀ ਚੱਲਣੀ ਹੈ ਜੇ, ਤਾਂ ਫਿਰ ਫਾਇਦਾ ਨਹੀਂ ਗੱਲ ਦਾ, ਕੋਈ ਕਿਸੇ ਸੱਟੇ 'ਤੇ ਨਹੀਂ ਪਹੁੰਚ ਸਕਣੀ। ਲੰਮਾ ਸਮਾਂ ਚਰਚਾ ਚੱਲੀ ਜਾਓ, ਇੱਕ ਦਿਨ ਛੱਡ ਕੇ ਇੱਕ ਦਿਨ ਮੀਟਿੰਗ 'ਚ ਬਹਿ ਜਾਓ, ਕਿਸੇ ਸਿੱਟੇ 'ਤੇ ਨਾ ਬੈਠਣਾ ਆਉਣਾ। ਯਾਨੀ ਪਹਿਲਾਂ ਗੱਲ ਬਹੁਤ, ਚਰਚਾ ਬਹੁਤ ਹੋ ਗਈ, ਇਸ ਤੋਂ ਵੱਧ ਚਰਚਾ ਦੀ ਕੋਈ ਲੋੜ ਨਹੀਂ। ਅਤੇ ਨਾਲ ਖੇਤੀਬਾੜੀ ਮੰਤਰੀ ਮੀਟਿੰਗ ਦੇ ਵਿੱਚ ਕਨਵੈਂਸ ਹੋ ਕੇ ਗਿਆ, ਜਮਾਂ ਸੈੱਟ ਹੋ ਕੇ, ਯਾਨੀ ਉਹ ਪਰ ਫਿਰ ਵੀ ਇੱਕੋ ਹੀ ਰੱਟ ਲਾਈ ਹੋਈ ਸੀ, ਜਿਵੇਂ ਵੀ ਅਸੀਂ ਜੀ ਇੱਕ ਕਮੇਟੀ ਬਣਾ ਲਓ, ਦੋਨੇ ਪਾਸੇ ਚਰਚਾ ਕਰਕੇ ਫਾਈਨਲ ਕੱਢ ਲਾਂਗੇ ਫੈਸਲਾ ਵਿੱਚ ਵਿਚਾਰ ਦਾਰਾ। ਇਸ ਗੱਲ ਤੋਂ ਪਿੱਛੇ ਹਟੀ ਨਹੀਂ ਰਹੀ ਸਰਕਾਰ, ਇਸ ਕਰਕੇ ਸਾਨੂੰ ਲੱਗਦਾ ਵੀ ਸਰਕਾਰ ਦਾ ਲਮਕਾਉਣ ਦਾ ਇਰਾਦਾ, ਸਰਕਾਰ ਦਾ ਇਹਦੇ ਘੱਟ ਤੋਂ ਘੱਟ ਦੇ ਕੇ ਨਿਬੇੜ ਕੇ ਪੜੋਸ ਕੇ ਭੇਜਣ ਦਾ ਇਰਾਦਾ, ਇਹ ਸੰਭਵ ਨਹੀਂ ਹੈ। ਜਥੇਬੰਦੀਆਂ ਖੜੀਆਂ ਨੇ ਇੱਕਜੁੱਟ, ਅਤੇ ਸਾਰੀਆਂ ਦਾ ਫੈਸਲਾ ਵੀ ਸਾਰੇ ਨੂੰ ਵਾਪਸ ਕਰਾ ਕੇ ਫਿਰ ਮੁੜਾਂਗੇ, ਇਹ ਇੱਥੇ ਗੱਲ ਆ ਕੇ ਯਾਨੀ ਇੱਕਦਮ ਬੇਸਿੱਟਾ ਰਹੇਗੀ ਗੱਲ।